ਲੋਕਤੰਤਰ ਕੀ ਹੈ? ਹਜ਼ਾਰਾਂ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ, ਹਜ਼ਾਰਾਂ ਕੀ ਲੱਖਾਂ 'ਚ ਪੁੱਛਿਆ ਗਿਆ ਹੋਊਗਾ, ਪਰ ਗਲਤ ਉੱਤਰ ਨੂੰ ਵੀ ਠੀਕ ਕਿਉਂ ਕਰਦੇ ਨੇ? ਤੁਸੀਂ ਉੱਤਰ ਗਲਤ ਦੇ ਕੇ ਆਉਂਦੇ ਹੋ, ਗਲਤ, ਅਤੇ ਤੁਹਾਡੇ ਗਲਤ ਉੱਤਰ ਦਾ ਆਂਸਰ ਤੁਹਾਨੂੰ ਮਿਲ ਜਾਂਦਾ। ਇਹਦਾ ਕਾਰਨ ਕੀ ਹੈ? ਤੁਹਾਨੂੰ ਆਉਂਦਾ ਹੀ ਨਹੀਂ ਹੁੰਦਾ ਕੁਐਸਚਨ, ਤੁਸੀਂ ਬਿਲਕੁਲ ਗਲਤ ਲਿਖ ਕੇ ਆਉਂਦੇ ਹੋ। ਕਿਉਂਕਿ ਤੁਸੀਂ ਕੀ ਲਿਖਦੇ ਹੋ? ਤੁਸੀਂ ਟਿੱਕ ਕਰਨਾ ਕੁਐਸਚਨ, ਜਾਂ ਤੁਸੀਂ ਲਿਖਦੇ ਹੋ ਵੀ ਲੋਕਤੰਤਰ ਕੀ ਹੈ। ਤੁਸੀਂ ਕਹਿੰਦੇ ਵੀ ਲੋਕਤੰਤਰ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੁੰਦੀ ਹੈ। ਇਬਰਾਹਿਮ ਲਿੰਕਨ ਵਾਲੀ ਚੱਕ ਕੇ ਉਦਾਹਰਨ ਮਾਰਦੇ ਹਾਂ ਆਪਾਂ, ਵੀ ਉਸਨੇ ਕਿਹਾ ਵੀ ਉਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਵੀ ਲੋਕਾਂ ਲਈ ਸਰਕਾਰ ਹੁੰਦੀ ਹੈ, ਲੋਕਾਂ ਦੁਆਰਾ ਹੁੰਦੀ ਹੈ, ਇਹ ਲੋਕਤੰਤਰ ਹੁੰਦਾ। ਪਰ ਨਹੀਂ, ਉਹ ਗਲਤ ਉੱਤਰ ਹੁੰਦਾ ਹਮੇਸ਼ਾ। ਅਸਲੀ ਲੋਕਤੰਤਰ ਕੀ ਹੈ ਮੈਂ ਤੁਹਾਡੇ ਸਾਹਮਣੇ ਉਹ ਦੱਸਦਾ, ਇਹਨੂੰ ਲੋਕਤੰਤਰ ਕਹਿੰਦੇ ਨੇ। ਤੁਸੀਂ ਆਹ ਲਿਖ ਕੇ ਆਇਆ ਕਰੋ, ਇਹਦਾ ਨੰਬਰ ਤੁਹਾਨੂੰ ਮਿਲੇ ਫੇਰ ਸਹੀ ਹੈ। ਤਾਂ ਮੈਂ ਕਹਿੰਦਾ ਵੀ ਜੇ ਸਾਨੂੰ ਇਸ ਚੀਜ਼ ਦਾ ਨੰਬਰ ਮਿਲਿਆ, ਲੋਕਤੰਤਰ ਲੋਕਾਂ ਲਈ ਸਰਕਾਰ ਲੋਕਾਂ ਦੁਆਰਾ ਸਰਕਾਰ, ਜੇ ਇੰਨੀ ਕੁ ਗੱਲ ਦਾ ਸਾਨੂੰ ਨੰਬਰ ਮਿਲ ਰਿਹਾ, ਤਾਂ ਸਮਝ ਲਓ ਅਸੀਂ ਗਲਤ ਲਿਖ ਕੇ ਆਉਂਦੇ ਹਾਂ, ਅਤੇ ਸਾਨੂੰ ਗਲਤ ਦਾ ਹੀ ਆਂਸਰ ਦੇਈ ਜਾਂਦੇ, ਗਲਤ ਦਾ ਹੀ ਨੰਬਰ ਦੇਈ ਜਾਂਦੇ ਆ। ਆਹ ਦੇਖੋ ਕੀ ਹੈ ਲੋਕਤੰਤਰ, ਤੰਤਰ ਦਾ ਅਸਲੀ ਸੱਚ ਕੀ ਹੈ, ਆਹ ਹੈ ਲੋਕਤੰਤਰ ਦੀ ਅਸਲੀ ਪਰਿਭਾਸ਼ਾ, ਇਹ ਹੈ ਲੋਕਤੰਤਰ ਦੀ ਡੈਫੀਨੇਸ਼ਨ। ਲੋਕਤੰਤਰ ਦਾ ਅਸਲੀ ਸੱਚ ਹੈ ਇੰਟਰਨੈੱਟ ਬੰਦ ਕਰਕੇ ਲੋਕਾਂ ਦਾ ਸਾਹ ਘੁੱਟਣਾ। ਲੋਕਤੰਤਰ ਦਾ ਅਸਲੀ ਸੱਚ ਹੈ ਤੁਹਾਡੇ ਤੋਂ ਇੱਕ ਵਾਰ ਵੋਟਾਂ ਲੈ ਕੇ ਤੁਹਾਨੂੰ 5 ਸਾਲ ਡੰਡੇ ਨਾਲ ਕੁੱਟਣਾ। ਲੋਕਤੰਤਰ ਦਾ ਅਸਲੀ ਸੱਚ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਇਕੱਠੇ ਹੋ ਕੇ ਆਮ ਲੋਕਾਂ ਨੂੰ ਲੁੱਟਣਾ। ਲੋਕਤੰਤਰ ਦਾ ਅਸਲੀ ਸੱਚ ਹੈ ਜਦੋਂ ਬੇਰੁਜ਼ਗਾਰ ਅਤੇ ਕਿਸਾਨ ਹੱਕ ਦੀ ਮੰਗ ਕਰਦੇ ਨੇ, ਉਹਨਾਂ ਦੇ ਅੱਗੇ ਟੋਏ ਪੁੱਟਣਾ। ਲੋਕਤੰਤਰ ਦਾ ਅਸਲੀ ਸੱਚ ਹੈ ਹੱਕਾਂ ਦੀ ਮੰਗ ਕਰਨ ਵਾਲੇ ਬੇਰੁਜ਼ਗਾਰਾਂ ਅਤੇ ਕਿਸਾਨਾਂ ਉੱਤੇ ਹੰਝੂ ਗੈਸ ਦੇ ਬੰਬ ਸੁੱਟਣਾ। ਲੋਕਤੰਤਰ ਦਾ ਅਸਲੀ ਸੱਚ ਹੈ ਕਿੰਨੀਆਂ ਲਾਈਨਾਂ ਵਿੱਚ ਲਿਖਾਂ ਪਰ ਇਹ ਨਹੀਂ ਕਦੇ ਮੁੱਕਣਾ। ਮੈਂ ਹੁਣ ਤੁਹਾਨੂੰ ਇਕੱਲੀ ਇਕੱਲੀ ਲਾਈਨ ਦੱਸ ਦਿੰਦਾ, ਭਾਈ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਲੋਕਤੰਤਰ ਦਾ ਅਸਲੀ ਸੱਚ, ਇਸੇ ਨੂੰ ਲੋਕਤੰਤਰ ਕਹਿੰਦੇ ਆ ਕਿ ਇੰਟਰਨੈੱਟ ਬੰਦ ਕਰ ਦਿਓ, ਇਸੇ ਨੂੰ ਲੋਕਤੰਤਰ ਕਹਿੰਦੇ ਨੇ? ਅਤੇ ਹੁਣ ਇੱਥੇ ਨਾ ਤਾਂ ਉਹ ਸਰਕਾਰ ਸੈਂਟਰ ਵਾਲੀ ਚੰਗੀ ਹੈ ਅਤੇ ਨਾ ਪੰਜਾਬ ਵਾਲੀ ਚੰਗੀ ਹੈ, ਅਤੇ ਪੰਜਾਬ ਵਾਲਿਆਂ ਨੇ ਜਿਨ੍ਹਾਂ ਨੇ ਸਾਡੇ ਤੋਂ ਵੋਟਾਂ ਲਈਆਂ ਸੀ, ਹੁਣ ਜਾ ਕੇ ਨਾਲੀ 'ਚ ਛਾਲ ਮਾਰਨਾ ਘੱਗਰ ਦਰਿਆ 'ਚ ਵੀ ਭਾਈ ਨੈੱਟ ਕਿਉਂ ਬੰਦ ਕੀਤਾ ਪੰਜਾਬ ਦਾ? ਤੁਸੀਂ ਇੱਥੋਂ ਪਤਾ ਲੱਗਦਾ ਕਿ ਆਪਸ 'ਚ ਇਹ ਮਿਲੇ ਹੁੰਦੇ ਆ, ਇੱਥੋਂ ਪਤਾ ਲੱਗਦਾ ਕਿ ਸਾਨੂੰ ਛੋਟੇ ਲੋਕਾਂ ਨੂੰ ਲੜਾ ਕੇ ਇਹ ਇੱਕ ਦੂਜੇ ਨੂੰ ਮੂਰਖ ਬਣਾਉਂਦੇ ਅਤੇ ਆਪਣਾ ਫਾਇਦਾ ਸਿਆਸੀ ਖੱਟ ਜਾਂਦੇ ਆ। ਦੂਸਰੀ ਗੱਲ, ਲੋਕਤੰਤਰ ਦਾ ਅਸਲੀ ਸੱਚ ਹੈ ਤੁਹਾਡੇ ਤੋਂ ਇੱਕ ਵਾਰ ਵੋਟਾਂ ਲੈ ਕੇ ਤੁਹਾਨੂੰ 5 ਸਾਲ ਕੁੱਟਦੇ ਨੇ, ਕੁੱਟਦੇ ਆ ਨਹੀਂ ਕੁੱਟਦੇ, ਆ ਹੁਣ ਬੇਰੁਜ਼ਗਾਰਾਂ ਨੂੰ ਕਦੇ PSET ਵਾਲਿਆਂ ਨੂੰ ਕੁੱਟਿਆ, ਕਦੇ ਮਾਸਟਰ ਗੇਡ ਵਾਲਿਆਂ ਨੂੰ ਕੁੱਟਿਆ ਯਾਰ, ਕਦੇ ETT ਵਾਲਿਆਂ ਨੂੰ ਟੈਂਕੀਆਂ 'ਤੇ ਚੜਾਤਾ, ਕਦੇ NTT ਵਾਲਿਆਂ ਨੂੰ ਕੁੱਟਿਆ, ਇੰਨੀਆਂ ਗੋਝੀਆਂ ਚਾਲਾਂ ਖੇਡਦੇ ਨੇ ਤੁਹਾਨੂੰ ਸਮਝ ਹੀ ਨਹੀਂ ਆਉਣਾ। ਕਹਿੰਦੇ ਵੀ ਅਸੀਂ ਇੰਨੀਆਂ ਭਰਤੀਆਂ ਕੱਢ ਦਾਂਗੇ, ਇੰਨੀਆਂ ਕੱਢ ਦਾਂਗੇ, ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਤਾਂ ਪਹਿਲਾਂ ਵਾਲਿਆਂ ਨੂੰ ਹੀ ਦੇਤੀਆਂ ਜਿਹੜੇ ਪਹਿਲਾਂ ਲੱਗੇ ਹੋਏ ਸੀ, ਹੈ ਨਾ, ਅਤੇ 8,893 ਭਰਤੀ ਤੁਹਾਨੂੰ ਯਾਦ ਹੋਊਗੀ NTT ਦੀ। ਚਲੋ ਬਾਹਲੀਆਂ ਗੱਲਾਂ ਨਹੀਂ ਕਰਾਂਗੇ। ਕਹਿੰਦੇ ਵੀ ਲੋਕਤੰਤਰ ਦਾ ਅਸਲੀ ਸੱਚ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਇਕੱਠੇ ਹੋ ਕੇ ਆਮ ਲੋਕਾਂ ਨੂੰ ਹੀ ਲੁੱਟਣਾ। ਜਿਹੜਾ ਵੀ ਮਰਜ਼ੀ ਪੋਲੀਟੀਕਲ ਦੀ ਪਾਰਟੀ ਹੈ, ਜਿਹੜੀ ਵੀ ਪਾਰਟੀ ਹੈ, ਜਿਹੜਾ ਬੰਦਾ ਸਿਆਸੀ ਆ, ਉਸ ਨੇ ਹਮੇਸ਼ਾ ਹੀ ਇੱਕ ਆਮ ਨਾਗਰਿਕ ਦਾ ਖੂਨ ਹੀ ਪੀਣਾ, ਜਿੱਥੇ ਮਰਜ਼ੀ ਭੱਜ ਲਿਓ। ਦੂਸਰੀ ਗੱਲ, ਕਹਿੰਦੇ ਲੋਕਤੰਤਰ ਦਾ ਅਸਲੀ ਸੱਚ ਹੈ ਜਦੋਂ ਬੇਰੁਜ਼ਗਾਰ ਅਤੇ ਕਿਸਾਨ ਹੱਕ ਦੀ ਮੰਗ ਕਰਦੇ ਆ, ਉਹਨਾਂ ਅੱਗੇ ਟੋਏ ਪੁੱਟਣਾ। ਆਹ ਹੁਣ ਤੁਸੀਂ ਦੇਖ ਲਓ, ਤੁਸੀਂ 17 ਤਰੀਕ ਨੂੰ PSET ਦਾ PSET ਯੂਨੀਅਨ ਦਾ ਇੱਕ ਪ੍ਰੋਟੈਸਟ ਹੈਗਾ ਜਲਾਲਾਬਾਦ, ਉਸ ਤੋਂ ਉਹਨਾਂ ਨੇ ਇੱਕ ਹੋਰ ਪ੍ਰੋਟੈਸਟ ਰੱਖਿਆ, ਤੁਹਾਡੇ ਅੱਗੇ ਟੋਏ ਪੁੱਟ ਦੇਣਗੇ, ਤੁਹਾਨੂੰ ਲੰਘਣ ਨਹੀਂ ਦੇਣਾ, ਵੀ ਸਾਡੇ ਤੇ ਘਰ 'ਤੇ ਕਾਰ ਆ ਜਾਓ ਤੁਸੀਂ ਆਪਣੇ ਹੱਕਾਂ ਦੀ ਮੰਗ, ਕਿਉਂਕਿ ਲੋਕਤੰਤਰ ਵਿੱਚ ਹੱਕਾਂ ਦੀ ਮੰਗ ਨਹੀਂ ਕਰ ਸਕਦਾ ਬੰਦਾ। ਅਸਲੀ ਲੋਕਤੰਤਰ ਅਸੀਂ ਉਸ ਨੂੰ ਕਹਿੰਦੇ ਹਾਂ ਜਿਹ 'ਚ ਬੰਦਾ ਆਪਣੇ ਹੱਕਾਂ ਦੀ ਨਾ ਮੰਗ ਕਰ ਸਕੇ। ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਲਿਖ
ਦੇਖਿਆ ਵੀ ਭਾਈ ਲੋਕਤੰਤਰ ਦੀ ਅਸੀਂ ਗਲਤ ਪਰਿਭਾਸ਼ਾ ਦਿੰਦੇ ਹਾਂ ਹਮੇਸ਼ਾ, ਅਤੇ ਸਾਨੂੰ ਗਲਤ ਉੱਤਰ ਦਾ ਹੀ ਆਂਸਰ, ਗਲਤ ਉੱਤਰ ਦਾ ਹੀ ਸਾਨੂੰ ਨੰਬਰ ਦੇਈ ਜਾਂਦੇ ਆ, ਤਾਂ ਇਹ ਬਹੁਤ ਮਾੜੀ ਗੱਲ ਆ। ਅੱਗੇ ਦੇਖੋ, ਕਹਿੰਦੇ ਲੋਕਤੰਤਰ ਦਾ ਅਸਲੀ ਸੱਚ ਹੈ ਕਿ ਹੱਕਾਂ ਦੀ ਮੰਗ ਕਰਨ ਵਾਲੇ ਬੇਰੁਜ਼ਗਾਰਾਂ ਅਤੇ ਕਿਸਾਨਾਂ ਉੱਤੇ ਹੰਝੂ ਗੈਸ ਅਤੇ ਬੰਬ ਸੁੱਟਣੇ, ਕਿਵੇਂ ਬੰਬ ਸੁੱਟੇ ਜਾ ਰਹੇ ਆ, ਦੇਖੋ ਤੁਹਾਡੇ ਗੋਲੀਆਂ ਪੈ ਰਹੀਆਂ ਨੇ। ਇਹ ਲੋਕਤੰਤਰ ਹੈ? ਸ਼ੰਭੂ ਬਾਰਡਰ ਦੇਖ ਲਓ, ਖਨੌਰੀ ਬਾਰਡਰ ਦੇਖ ਲਓ, ਅੱਜ ਉੱਥੇ ਇਕੱਲੇ ਕਿਸਾਨ ਨਹੀਂ, ਉੱਥੇ ਬੇਰੁਜ਼ਗਾਰ ਵੀ ਨੇ। ਉਹ ਬੇਰੁਜ਼ਗਾਰ ਕੌਣ ਨੇ? ਉਹ ਜਿਹੜੇ ਕਿਸਾਨ ਉੱਥੇ ਨੇ ਉਹਨਾਂ ਦੇ ਪੁੱਤਰ ਬੇਰੁਜ਼ਗਾਰ ਨਾਲ ਹੀ ਤੁਰੇ ਫਿਰਦੇ ਨੇ ਉੱਥੇ, ਤਾਂ ਇਸ ਲਈ ਇਹ ਲੋਕਤੰਤਰ ਹੈ। ਅੱਗੇ ਦੇਖ ਲਓ, ਕਹਿੰਦੇ ਲੋਕਤੰਤਰ ਅਸਲੀ ਸੱਚ ਕਿੰਨੀਆਂ ਕੁ ਲਾਈਨਾਂ ਵਿੱਚ ਲਿਖਾਂ, ਪਰ ਇਹ ਨਹੀਂ ਮੁੱਕਣਾ। ਤੁਸੀਂ ਦੱਸੋ ਇਹ ਮੁੱਕੂਗਾ? ਕਿੰਨਾ ਕੁ ਸੱਚ ਹੋਰ ਲਿਖ ਦਈਏ? ਇਹ ਲੋਕਤੰਤਰ ਸ਼ਬਦ ਦਾ ਸੱਚ ਮੁੱਕ ਸਕਦਾ ਕਦੇ? ਇਹਦੀਆਂ ਜਿੰਨੀਆਂ ਮਰਜ਼ੀ ਲਾਈਨਾਂ ਲਿਖ ਦੀ, ਲਾਈਨਾਂ ਬਹੁਤ ਸੀ। ਹੁਣ ਤੁਸੀਂ ਆਪ ਕਮੈਂਟ ਕਰਕੇ ਦੱਸ ਦਿਓ ਵੀ ਲੋਕਤੰਤਰ ਦੀ ਪਰਿਭਾਸ਼ਾ ਕੀ ਹੈ, ਕਿ ਜਿਹੜਾ ਅਸੀਂ ਪੇਪਰਾਂ ਦੇ ਵਿੱਚ ਜਿਹੜਾ ਸਾਨੂੰ ਪੜ੍ਹਾਇਆ ਜਾਂਦਾ, ਕਿਤਾਬਾਂ 'ਚ ਪੜ੍ਹਾਇਆ ਜਾਂਦਾ, ਜਿਹਦਾ ਅਸੀਂ ਆਂਸਰ ਕਰਦੇ ਹੁੰਦੇ ਹਾਂ, ਲੋਕਤੰਤਰ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੁੰਦੀ ਹੈ, ਕਿ ਉਹ ਸਹੀ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਉਹ ਆਂਸਰ? ਮੈਨੂੰ ਤਾਂ ਉਹ ਆਂਸਰ ਗਲਤ ਜਾਪਦਾ ਹਮੇਸ਼ਾ। ਮੈਨੂੰ ਲੱਗਦਾ ਕਿ ਉਹ ਐਗਜ਼ਾਮੀਨਰ ਸਾਨੂੰ ਗਲਤ ਆਂਸਰ ਦਾ ਹੀ ਨੰਬਰ ਦੇਈ ਜਾਂਦੇ ਨੇ। ਸੋ ਇਹ ਕੁਛ ਲਾਈਨਾਂ ਸੀ, ਇਹ ਲਾਈਨਾਂ ਇਸੇ ਕਰਕੇ ਆ ਕਿਉਂਕਿ ਅੱਜ ਹੀ ਮੈਂ ਕਲਾਸ ਕੀਤੀ ਸੀ ਭਾਈ, ਕਲਾਸ ਕੀਤੀ ਸੀ, ਇੰਟਰਨੈਟ ਬੰਦ ਕਰ ਰੱਖਿਆ। ਇੰਟਰਨੈਟ ਬੰਦ ਕਰਨ ਦਾ ਮਤਲਬ ਕੀ ਆ ਯਾਰ? ਅਸੀਂ ਪੈਸੇ ਭਰੇ ਨੇ, ਅਸੀਂ ਆਪਣੇ ਖੂਨ ਪਸੀਨੇ ਦੀ ਕਮਾਈ ਅਸੀਂ ਸਰਕਾਰ ਨੂੰ ਦਿੱਤੀ ਹੈ, ਅਸੀਂ ਟੈਕਸ ਦਿੰਦੇ ਹਾਂ, ਅਤੇ ਫਿਰ ਸਾਡਾ ਇੰਟਰਨੈਟ ਬੰਦ ਕਰਨ ਦਾ ਕੀ ਮਤਲਬ ਹੈ? ਹਜ਼ਾਰਾਂ ਸਟੂਡੈਂਟਾਂ ਨੇ ਅੱਜ ਕਲਾਸ ਆਪਣੀ ਚੱਲਦੀ ਹੈ ਡੇਲੀ, ਠੀਕ ਹੈ, ਇੰਨੇ ਸਟੂਡੈਂਟ ਕਲਾਸ ਦੇਖਦੇ ਹੈ, ਸੋ ਉਹ ਵੀ ਕਿਤੇ ਨਾ ਕਿਤੇ ਵੇਟ ਕਰਦੇ, ਉਹਨਾਂ ਦਾ ਵੀ ਜੁੜੇ ਹੋਏ ਸੀ ਸਾਰੇ, ਠੀਕ ਹੈ, ਉਹਨਾਂ ਦੀ ਵੀ ਕੰਟੀਨਿਊਟੀ ਜੁੜੀ ਹੋਈ ਸੀ। ਹੁਣ ਇਸ ਚੀਜ਼ ਦਾ ਕੌਣ ਜ਼ਿੰਮੇਵਾਰ ਹੈ? ਇਸ ਚੀਜ਼ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਸੈਂਟਰ ਸਰਕਾਰ ਜ਼ਿੰਮੇਵਾਰ ਹੈ? ਨਹੀਂ, ਦੋਨੋਂ ਹੀ ਜ਼ਿੰਮੇਵਾਰ ਨੇ। ਜੇ ਕਿਸੇ ਨੂੰ ਭੁਲੇਖਾ ਹੋਣਾ ਸੈਂਟਰ ਸਰਕਾਰ ਹੈ, ਨਹੀਂ, ਦੋਨੋਂ ਹੀ ਜ਼ਿੰਮੇਵਾਰ ਨੇ। ਤੁਸੀਂ ਆਪੀ ਕਮੈਂਟ ਕਰਕੇ ਦੱਸ ਦਿਓ ਸਾਰੀਆਂ ਗੱਲਾਂ। ਸੋ ਇਹ ਵੀਡੀਓ ਮੈਂ ਇਸੇ ਲਈ ਬਣਾਈ ਹੈ ਵੀ ਅਸਲ ਲੋਕਤੰਤਰ ਕੀ ਹੈ, ਤੁਸੀਂ ਖੁਦ ਕਮੈਂਟ ਕਰਕੇ ਦੱਸਿਓ, ਠੀਕ ਹੈ ਜੀ। ਸੋ ਧੰਨਵਾਦ, ਸ਼ੇਅਰ ਕਰਿਓ ਵੱਧ ਤੋਂ ਵੱਧ। ਇਹ ਉਹਨਾਂ ਤੱਕ ਸ਼ੇਅਰ ਕਰਨੀ ਹੈ ਜਿਹੜੇ ਕਿ ਜਾਗਰੂਕ ਨੇ, ਅਤੇ ਜਿਹੜੇ ਵੈਸੇ ਹੀ ਸੁੱਤੇ ਪਏ ਨੇ ਉਹਨਾਂ ਵਾਸਤੇ ਤਾਂ ਉਹਨਾਂ 'ਤੇ ਜਿੰਨੀ ਮਰਜ਼ੀ ਸ਼ੇਅਰ ਕਰ ਦਿਉ, ਅਤੇ ਉਹਨਾਂ ਤੱਕ ਤਾਂ ਪਹੁੰਚਣੀ ਨਹੀਂ ਹੁੰਦੀ ਯਾਰ, ਉਹਨਾਂ ਤਾਂ ਫਿਰ ਵੀ ਸੁੱਤੇ ਹੀ ਰਹਿਣਾ, ਠੀਕ ਹੈ। ਚਲੋ ਧੰਨਵਾਦ ਜੀ, ਗੁੱਡ ਨਾਈਟ, ਟੇਕ ਕੇਅਰ।